एक तरफ तो गर्मी ने लोगों का जीना दुश्वार कर रखा है, उधर लग रहे बिजली के लगातार कटों की वजह से आम आदमी, किसान वर्ग और व्यापारी वर्ग बहुत ज्यादा परेशान है। बिजली सप्लाई ना मिलने के कारण लोगों में हाहाकार मची हुई है। वहीं पर किसानों की फसलें पानी ना मिलने के कारण सूख गई हैं और आगे बीजने वाली जीरी फसल के लिए, खेत तैयार करने के लिए उन्हें पूरी बिजली चाहिए, जबकि आम आदमी की सरकार ने कहा था कि किसानों को बिजली फ्री मिलेगी। जी लाइट का असी मतलब है ना, लाइट वास्ते अज तो 10-12 दिन के फिरते थे इन्हों के पिछे। एक्सीएन साहब के दफ्तर भी गेड़े मार मार थक गए, SDO साहब के। फिर अज 7वीं बार इन्हों के दफ्तर आए हैं, ये इतों सानू लारा ला के मोड़ देंगे ने भी तुम जाओ, लाइट आँदी आ। 5-5 दिन हो गए साढ़े फीडर से, वो SDO साहब खड़े ने, उन्होंने पुछ लो ਇਹੋ ਜਿਹੇ ਫੀਡਰ ਨੇ ਜਿਹੜਿਆਂ 'ਤੇ 5 ਦਿਨ ਲਾਈਟ ਨਹੀਂ ਆਈ। ਸਾਡੇ ਖੇਤਾਂ ਦਾ ਹਾਲ ਜਾ ਕੇ ਦੇਖੋ, SDO ਨੂੰ ਭੇਜੋ ਬਿਜਲੀ ਬੋਰਡ ਨੂੰ ਨਾਲ। ਜੇ ਉਹ SDO ਨਾ ਕਹੇ ਨਾ ਵੀ ਕਿਸਾਨ ਨਾ ਮਰੇ, ਮੈਂ ਮਰਦਾ ਵੀ ਕਿਸ ਆਹ ਹਾਲਾ ਹੋ ਗਿਆ ਤੁਹਾਡਾ 5 ਸਾਲਾਂ 'ਚ। ਸਾਡੀ ਮੱਕੀ ਦੀ ਫਸਲ ਦੇਖੋ, ਜਾ ਕੇ ਮੱਕੀ ਦੇ ਖੇਤ ਮਤਲਬ ਸਾਫ਼ ਹੋ ਗਏ, ਸੁੱਕ ਕੇ ਐਡੇ ਬਰਬਾਦ ਹੋ ਗਏ। ਅੱਜ ਸਾਨੂੰ ਸੇਕੜ ਜਦ ਕੋਈ ਨਾ ਰਾਹ ਮਿਲਿਆ, ਸਾਰਾ ਸਿਸਟਮ ਦੇ ਕੇ ਤਾਂ ਬੈਠਣਾ ਪਿਆ ਅੱਜ ਉਰੇ। ਅਸੀਂ ਇਹਨਾਂ ਦੀਆਂ ਗੱਲਾਂ 'ਚ ਆ ਗਏ ਭਰਾਵਾ, ਇਹਨਾਂ ਨੇ ਸਾਨੂੰ ਬਹੁਤ ਲਾਰੇ ਲਾਏ ਅਤੇ ਸਾਨੂੰ ਕਹਿੰਦੇ ਵੀ ਖੇਤੀ ਵਿਭਿੰਨਤਾ ਕਰੋ। ਮੈਂ ਤੈਨੂੰ ਖੁਦ ਆਪਦੀ ਗੱਲ ਦੱਸਦਾ, ਮੈਂ 33 ਵਿਘਿਆਂ 'ਚ ਖੇਤੀ ਕਰਦਾ, ਜਿਹਦੇ ਵਿੱਚ ਮੈਂ ਸਾਰੀ ਮੱਕੀ ਬੀਜੀ ਹੈ ਅਤੇ ਬਾਕੀ ਕੁਛ ਮੂੰਗੀ ਬੀਜੀ ਹੈ। ਮੈਂ ਇੱਕ ਬਿਸਵਾ ਵੀ ਪੂਸਾ ਜੀਰੀ ਵਾਸਤੇ ਨਹੀਂ ਰੱਖਿਆ ਵੀ ਚਲੋ ਆਪਾਂ ਸਰਕਾਰ ਦਾ ਸਾਥ ਦੇਈਏ, ਪਰ ਇਹਨਾਂ ਨੇ ਸਾਡਾ ਉਹ ਜਲੂਸ ਕੱਢਤਾ। ਜੇ ਤੁਸੀਂ ਸਾਡੇ ਖੇਤ ਜਾ ਕੇ ਦੇਖੋ, ਜਿਵੇਂ ਪ੍ਰਧਾਨ ਜੀ ਕਿਹਾ ਕਿ ਤੁਸੀਂ ਕਹੋਗੇ ਵੀ ਅਸੀਂ ਫਾਹ ਲੈ ਕੇ ਮਰਦੇ ਹਾਂ, ਯਾਰ ਤੁਸੀਂ ਨਾ ਮਰੋ, ਫਸਲ ਨੂੰ ਦੇਖ ਕੇ ਹਰ ਇੱਕ ਬੰਦਿਆਂ ਜੀ ਕਰਦਾ। ਅਸੀਂ ਅੱਜ ਮਜਬੂਰ ਹੋ ਕੇ ਇਹਨਾਂ ਨਾਲ ਪਹਿਲਾਂ 10 ਵਾਰੀ ਫੋਨ 'ਤੇ ਰਾਬਤਾ ਕਰਿਆ, ਇਹਦੇ ਦਫ਼ਤਰ ਆਉਂਦੇ ਰਹੇ, ਜਦੋਂ ਸਾਨੂੰ ਕੋਈ ਨਾ ਵਿਸ਼ਵਾਸ ਮਿਲਿਆ। ਜਿਹੜਾ SDO ਸਾਹਿਬ ਆ ਹੁਣ ਉਰੇ ਆ ਕੇ ਖੜਾ ਨਾ, ਸਾਨੂੰ ਕਹਿੰਦਾ ਵੀ ਮੇਰੇ ਨਾਲ ਗੱਲ ਕਰੋ। ਇਹ ਸਾਨੂੰ ਕਹਿੰਦਾ ਵੀ ਮੇਰੇ ਤਾਂ ਬੱਸ ਇਖਤਿਆਰ ਹੀ ਨਹੀਂ, ਲਾਕਸਨ ਤੋਂ ਕਹਿੰਦੇ, ਕਹਿੰਦੇ ਲਾਈਟ ਤਾਂ ਉੱਪਰਲਿਆਂ ਦੇ ਇਖਤਿਆਰ ਹੈ। ਆ ਹੁਣ ਪਰ ਪਤਾ ਨਹੀਂ ਸਾਡੇ ਨਾਲ ਕੀ ਇਹਨਾਂ ਕੋਲ ਪਾਵਰ ਆ ਗਈ, ਸਾਨੂੰ ਕਹਿੰਦੇ ਆ ਕੇ ਗੱਲ ਕਰੋ। ਪਰ ਅਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਜਿੰਨਾ ਚਿਰ ਸਾਡੀਆਂ ਖੇਤਾਂ ਦੀਆਂ ਲਾਈਟਾਂ ਪ੍ਰੋਪਰ ਠੀਕ ਢੰਗ ਨਾਲ ਚੱਲਦੀਆਂ ਨਹੀਂ, ਪਿੰਡਾਂ ਵਾਲੀ ਲਾਈਟ ਸਹੀ ਨਹੀਂ ਚੱਲਦੀ, ਨਿੱਕੇ ਨਿੱਕੇ ਜਵਾਕ ਤੜਫਦੇ ਨੇ। ਜਿਹੜੇ ਸਾਡੇ ਇਨਵਰਟਰਾਂ ਨੇ ਸਾਲ ਲਾਉਣਾ ਤੀ, ਇਹਨਾਂ ਨੇ ਖਤਮ ਕਰ ਕਰਕੇ ਉਹਨਾਂ ਦੀ ਮਿਆਦ ਖਤਮ ਕਰਤੀ। ਇੰਨਾ ਆਰਥਿਕ ਪੱਖੋਂ ਤੋੜਤਾ ਜ਼ਿਮੀਂਦਾਰ ਨੂੰ, ਲੋਕਾਂ ਨੂੰ ਇਹਨਾਂ ਨੇ, ਬਸ ਦੱਸਣ ਪੁੱਛਣ ਤੋਂ ਬਾਹਰ ਹੈ ਗੱਲ। ਅਗਲਾ ਸੰਘਰਸ਼ ਸਾਡਾ ਉਰੇ ਧਰਨਾ, ਜਿੰਨਾ ਚਿਰ ਸਾਡਾ ਕੋਈ ਫਾਈਨਲ ਨਹੀਂ ਹੁੰਦਾ ਜਾਰੀ ਰਹੂਗਾ। ਜਦੋਂ ਸਾਡੀ ਨਾਬਰੀ ਪਿੰਡਾਂ ਦੇ ਵਿੱਚੋਂ ਆ ਗਈ, ਹੋ ਸਕਦਾ ਸਾਨੂੰ ਕੋਈ ਵੱਡਾ ਰੋਡ ਘੇਰਨਾ ਪੈ ਜਾਵੇ ਜਾਂ ਸਾਨੂੰ ਕੋਈ ਹੋਰ ਐਕਸ਼ਨ ਲੈਣਾ ਪੈ ਜਾਵੇ। ਜਿਹੜੀ ਸਾਡੀ 5 ਜਥੇਬੰਦੀਆਂ ਦੀ ਕੋਈ ਰਾਏ ਬਣੂਗੀ, ਉਹਦੇ ਤੌਰ 'ਤੇ ਅਸੀਂ ਅਗਲਾ ਸੰਘਰਸ਼ ਵਿੱਢਾਂ। ਕਹਿੰਦੇ ਸਰਕਾਰ ਐਂ ਮੁੱਕ ਰਹੀ ਹੈ ਜੀ, ਇਹ ਤਾਂ ਹੁਣ ਬਹੁਤ ਕੁਛ ਕਹਿੰਦੇ ਸਾਨੂੰ। ਆ 4 ਦਿਨ ਪਹਿਲਾਂ ਦਫ਼ਤਰ 'ਚੋਂ ਵਿਸ਼ਵਾਸ ਪੈ ਗਿਆ ਸੀ ਵੀ 4 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪ੍ਰੋਪਰ ਲਾਈਟ ਸਹੀ ਢੰਗ ਨਾਲ ਚੱਲੂਗੀ, 8-8 ਘੰਟੇ ਖੇਤਾਂ 'ਚ ਲਾਈਟ ਦਿੱਤੀ ਜਾਊ, 24 ਘੰਟਿਆਂ ਨੂੰ ਕੋਈ ਕੱਟ ਨਹੀਂ ਲੱਗੂ। ਪਰ ਉਹ ਸਿਰਫ ਇੱਕ ਲਾਰੀ ਰਹਿ ਗਏ ਪਹਿਲੀਆਂ ਸਰਕਾਰਾਂ ਵਾਂਗੂ, ਨਾ ਕਿ ਕੋਈ ਵਿਸ਼ਵਾਸ ਵਾਲੀ ਗੱਲ ਹੋਈ ਹੈ। ਉਸ ਕਰਕੇ ਅਸੀਂ ਅੱਜ ਅੱਕ ਕੇ 2 ਵਜੇ ਮੀਟਿੰਗ ਕਰੀ ਰਾਮਬਾਗ ਦੇ ਵਿੱਚ, ਉੱਥੋਂ ਅਸੀਂ ਤੁਰੰਤ ਫੈਸਲਾ ਲੈ ਕੇ ਇਹਨਾਂ ਦਾ ਗੇਟ ਘੇਰਿਆ। ਹੁਣ ਅਸੀਂ ਇਹ ਗੇਟ ਉਨਾ ਚਿਰ ਨਹੀਂ ਛੱਡਦੇ ਜਿੰਨਾ ਚਿਰ ਸਾਡੇ ਨਾਲ ਇਹ ਪ੍ਰੋਪਰ ਤਰੀਕੇ ਨਾਲ ਇੱਥੇ ਕੋਈ ਗੱਲ ਨਹੀਂ ਕਰਦਾ ਜੀ। ਆਪਾਂ ਵਾਅਦਾ ਕਰਿਆ ਸੀ ਪਹਿਲਾਂ ਇਹਨਾਂ ਦੇ ਵੋਟਾਂ ਤੋਂ ਇਲੈਕਸ਼ਨ ਤੋਂ ਪਹਿਲਾਂ, ਉਹਨਾਂ ਦੇ ਵਿੱਚੋਂ 1% ਵੀ ਮਨ ਪੂਰਾ ਨਹੀਂ ਹੋ ਰਿਹਾ। ਬੁਰਾ ਹਾਲ ਹੋਇਆ ਪਿਆ ਖੇਤੀ ਦਾ ਵੀ। ਸਾਨੂੰ ਹੁਣ ਬੀਜ ਦਿੱਤੇ ਨੇ, ਇੱਕ ਮੂੰਗੀ ਬੀਜ ਲਓ, ਯੰਤਰ ਲਓ, ਮੱਕੀ ਬੀਜ ਲਓ, ਬੀਜ ਸਾਡੇ ਲਿਆ ਕੇ ਰੱਖੇ ਪਏ ਨੇ। ਸੱਤ ਦੇ ਰੌਣੀ ਹੋਊਗੀ ਤਾਂ ਉਹ ਫਸਲ ਹੋਊਗੀ, ਬੀਜੀ ਜਾਊਗੀ। ਉਹ ਬੀਜ ਸਾਡੇ ਲਈ ਲਾ ਕੇ ਪੈਸੇ ਘਰ ਰੱਖੇ ਪਏ ਨੇ। ਰਾਤ ਨੂੰ ਪਿੰਡ ਦਾ ਕੱਟ ਆ, 2-2 ਘੰਟੇ ਸਾਰੀ ਲਾਈਟ ਆਉਂਦੀ ਸਾਰੀ ਰਾਤ ਵਿੱਚ। ਬੁਰਾ ਹਾਲ ਹੋਇਆ ਪਿਆ, ਪਾਣੀ ਕਹਿੰਦੇ ਹੋ ਵੀ ਬਹੁਤ ਔਖੇ। ਅਗਲਾ ਸੰਘਰਸ਼ ਸਾਡਾ ਜਿਵੇਂ ਪਿੰਡਾਂ ਦੇ ਵਿੱਚੋਂ ਸਾਡੇ ਸੱਦੇ ਹੋਏ ਨੇ ਯੂਨੀਅਨ ਦੇ, ਮੈਂ ਕਾਦੀਆ ਵੱਲੋਂ ਹੈਗਾ, ਜਿਸ ਤਰ੍ਹਾਂ ਆਪਣੇ 6 ਜਥੇਬੰਦੀਆਂ ਦਾ ਫੈਸਲਾ ਹੋਊਗਾ ਜਾਂ ਕੋਈ ਵੱਡਾ ਰੋਡ ਘੇਰਨ ਦਾ ਜਾਂ ਅੱਗੇ ਕੋਈ, ਉਸ ਹਿਸਾਬ ਨਾਲ ਅਸੀਂ ਉਹ ਕਰਾਂਗੇ ਮੀਟਿੰਗ ਕਰਕੇ ਦੇ ਬਾਰੇ। ਉਹ ਤਾਂ ਚਾਹੁੰਦੇ ਤਾਂ ਹੀ ਇਹਨਾਂ ਨੂੰ ਉਹ ਜਿੱਥੇ ਆਏ 'ਤੇ ਵੀ ਕੋਈ ਫਰਕ ਆ ਪਊ, ਇਹ ਤਾਂ ਬਦਲਾਓ ਤਾਂ ਵੀ ਬੁਰਾ ਹਾਲ ਕਰਤਾ ਇੰਨਾ ਦਾ। ਕਦੇ ਜਾ ਕੇ ਤੇ ਤੁਸੀਂ ਖੇਤਾਂ ਦੇਖੋ, ਹਰੇ ਚਾਰੇ ਕਿੱਥੇ ਤਾਂ ਟਹਿ ਟਹਿ ਕਰ ਦਿੰਦੇ, ਕਿੱਥੇ ਮੱਚੇ ਪਏ ਨੇ ਜਮਾ ਹਰੇ ਚਾਰੇ, ਪਸ਼ੂਆਂ ਦਾ ਉਦੋਂ ਹਰਾ ਚਾਰਾ ਨਹੀਂ ਕੋਈ ਹੈਗਾ, ਬਹੁਤ ਬੁਰਾ ਹਾਲ ਹੋਇਆ ਪਿਆ ਜੀ। ਸਮੇਂ ਦੇ ਦੌਰਾਨ ਥੋੜ੍ਹੀ ਆਪਣੀ ਬਿਜਲੀ ਦੇ ਜਿਹੜੇ ਪਾਵਰ ਪਲਾਂਟ ਨੇ ਉੱਥੇ ਦਿੱਕਤ ਆ ਗਈ, ਠੀਕ ਹੈ ਜੀ, ਜਿਹਦੇ ਕਰਕੇ ਇਹ ਦਿੱਕਤ ਆਈ ਹੈ ਸਾਰਿਆਂ ਨੂੰ, ਆਪਾਂ ਨੇ ਵੀ ਲੋਕਾਂ ਨੇ ਫੇਸ ਕਰੀ ਹੈ। ਹੁਣ ਉਹ ਆਪਣੀ ਜਿਹੜੀ ਪ੍ਰੋਬਲਮ ਹੈ ਦੂਰ ਹੋ ਗਈ ਹੈ, ਪਾਵਰ ਪਲਾਂਟ ਨੇ ਜਿਹੜੇ ਉੱਥੇ ਆਪਣੇ ਬੋਇਲਰ ਖਰਾਬ ਹੋਏ ਸੀ ਉਹ ਠੀਕ ਹੋ ਗਏ ਨੇ, ਇਸ ਕਰਕੇ ਸਪਲਾਈ ਹੈ ਜਿਹੜੀ ਹੁਣ ਨੋਰਮਲ ਹੋ ਗਈ ਹੈ, ਸਪਲਾਈ ਜਿਹੜੀ ਦਿੱਤੀ ਜਾ ਰਹੀ ਹੈ ਹੁਣ ਗਰਿੱਡਾਂ ਤੋਂ ਦੇ ਦਿੱਤੀਆਂ।
कोले का जो मेन मसला वह तो हजे बनया हुआ आप कही पर सप्लाई जी जी अपन इस समय दिक्कत आई थी वो ये आई थी भी अपने बॉयलर की दिक्कत आ गई थी पावर प्लांट की। हाँ जी हाँ बिजली है सप्लाई सारी रीस्टोर हो गई है। मैं इन्होंने गल कर देना हूँ जी सप्लाई है हूँ किसी की पेंडिंग नहीं हैगी सारे ठीक होगी सारे ग्रिडा की नहीं है कि पावर प्लांट की नहीं दिक्कत आई पहले कोले करके ही आ रही है जी मेजर है कोले करके आ रही है वह पावर प्लांट की हूँ ही दिक्कत आई थी वो करके ज्यादा यह आई है भी लगातार ही सप्लाई नहीं मिल रही थी कई दिन पर हूँ ठीक हो गई सर। अब उपलब्ध है 1100 प्लस डिजिटल केबल नेटवर्क पर एन एंड्रॉइड बेस्ड डीटीएच स्मार्ट सेटअप बॉक्स सभी ओटीटी प्लेटफॉर्म 24 घंटे लाइव देखिए हमारे सोशल मीडिया पेजेस पर।